ਸਤਨਾਮ ਸ਼੍ਰੀ ਵਾਹਿਗੁਰੂ ਗੁਰੂ ਗਰੀਬ ਨਵਾਜ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਤੁਧੇ ਆਗੇ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਕਹ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਫਰੀਦਾ ਦਰਿਆ ਵੈ ਕੰਨੇ ਬੰਗਲਾ ਫਰੀਦਾ ਵੇ ਕੰਨੇ ਬੰਗਲਾ ਬੈਠਾ ਕੇਲ ਕਰੇ ਕੇਲ ਕਰਿੰਦੇ ਹੰਜ ਨੂੰ ਕੇਲ ਕਰਿੰਦੇ ਹੰਜ ਨੂੰ ਅਚਿੰਤੇ ਬਾਜ ਪਏ ਬਾਜ ਪਏ ਤਿਸ ਰੱਬ ਦੇ ਕੇਲਾਂ ਬਿਸਰੀਆਂ ਜੋ ਮਨ ਚਿਤ ਨਾ ਚੇਤੇ ਸਨ ਸੋ ਗਾਲੀ ਰੱਬ ਕੀਆਂ ਫਰੀਦਾ ਰੁੱਤ ਫਰੀਵਣ ਕੰਬਿਆ ਪੱਤੇ ਝੜ ਝੜ ਪਾਹੇ ਫਰੀਦਾ ਰੁੱਤ ਫਰੀਵਣ ਕੰਬਿਆ ਪੱਤੇ ਝੜ ਝੜ ਪਾਹੇ ਚਾਰੇ ਕੁੰਡਾਂ ਢੂੰਡੀਆਂ ਰਹਿਣ ਕਥਾਉ ਨਾਏ ਰਾਣਾ ਰਾਉ ਨਾ ਕੋ ਰਹਿ ਰੰਗ ਨਾ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਦ ਤੀਰ ਇੱਕ ਪਲ ਦਾ ਭਰੋਸਾ ਨਹੀਂ ਤੇਰਾ
प्रमाण करें बंदे फल का भरोसा नहीं तेरा प्रमाण करें बंदे ਸਾਰੇ
ਪਰਮ ਸਤਿਕਾਰ ਯੋਗ ਗੁਰੂ ਸਾਹਿਬ ਜੀ ਦਾ ਖਾਸ ਰੂਪ ਗੁਰੂ ਰੂਪ ਸਾਧ ਸੰਗਤ ਜੀਓ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਸਮੇਂ ਔਰ ਸਵਾਸਾਂ ਦੀਆਂ ਘੜੀਆਂ ਨੂੰ ਸਫਲ ਕਰਨ ਵਾਸਤੇ ਪਹੁੰਚੇ ਹੋ। ਰਸਨਾ ਦੀ ਪਵਿੱਤਰਤਾ ਹੀ ਕਰੋ, ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਰਦਾਰ ਹਰਜੀਤ ਸਿੰਘ ਜੀ, ਜੋ ਵਿਦੇਸ਼ਾਂ ਵਿੱਚ ਆਪਣੇ ਸਮੂਹ ਪਰਿਵਾਰ ਨੂੰ ਸਦਾ ਵਾਸਤੇ ਸਦੀਵੀ ਵਿਛੋੜਾ ਜੋ ਦੇ ਕੇ ਸਾਡੇ ਵਿੱਚੋਂ ਸਰੀਰ ਚਲੇ ਗਿਆ, ਸਮੂਹ ਪਰਿਵਾਰ ਵਿਦੇਸ਼ਾਂ ਵਿੱਚ ਵੰਡ ਕੇ ਪਰਿਵਾਰ ਦੇ ਭਲੇ ਵਾਸਤੇ ਔਰ ਜਿਹੜਾ ਸਰੀਰ ਸਾਡੇ ਵਿੱਚੋਂ ਚਲੇ ਗਿਆ ਆ, ਉਸ ਸਰੀਰ ਦੇ ਪ੍ਰਤੀ ਗੁਰੂ ਸਾਹਿਬਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਨ ਵਾਸਤੇ ਆਪਾਂ ਇਕੱਤਰ ਹੋਏ ਆ। ਜੋ ਸਤਿਗੁਰੂ ਦੀ ਗੁਰਬਾਣੀ ਦਾ ਫੈਸਲਾ ਹੈ ਕਿ ਸੰਬਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸੱਜਣ ਅਸੀਂ ਸੜੀਆਂ ਜੋ ਹੋਵੇ ਸਾਹਿਬ ਸਿਓ ਮੇਲ। ਆਓ ਅੱਜ ਸੰਗਰਾਂਦ ਦਾ ਪਾਵਨ ਪਵਿੱਤਰ ਦਿਹਾੜਾ ਆ, ਗੁਰੂ ਸਾਹਿਬ ਜੀ ਕਿਰਪਾ ਕਰਨ ਜੋ ਪਿਛਲਾ ਮਹੀਨਾ ਸਤਿਗੁਰੂ ਦੇ ਬਾਣੀ ਅੰਦਰ ਬਤੀਤ ਹੋਇਆ, ਜੋ ਅੱਜ ਮਹੀਨਾ ਫੱਗਣ ਦਾ ਆਰੰਭ ਹੋਇਆ, ਦੀਨ ਦੁਨੀਆਂ ਦੇ ਮਾਲਕ ਬਖਸ਼ਿਸ਼ ਕਰਨ, ਰਹਿਮਤ ਕਰਨ, ਸਾਰਿਆਂ ਜੀਵਾਂ ਵਾਸਤੇ, ਮਾਲ ਮਨੁੱਖਾਂ ਵਾਸਤੇ ਸੁਹਾਵਣਾ ਕਰਨ। ਆਓ ਥੋੜ੍ਹਾ ਜਿਹਾ ਸਮਾਂ ਹਰੀ ਜਸ ਕੀਰਤਨ ਵਿੱਚ ਹਾਜ਼ਰੀ ਭਰ ਕੇ, ਨਾਲੇ ਤੇ ਵਿਛੜੀ ਆਤਮਾ ਨੂੰ ਸ਼ਰਧਾ ਦੇ ਫੁੱਲ ਅਰਪਣ ਕਰੀਏ, ਤੇ ਨਾਲ ਹੀ ਸੰਗਤ ਜੀ ਆਪਾਂ ਗੁਰੂ ਦੇ ਇਤਿਹਾਸ ਵਿੱਚੋਂ, ਗੁਰੂ ਦੀ ਗੁਰਬਾਣੀ ਕੋਲੋਂ ਸਿੱਖਿਆ ਲਈਏ ਕਿ ਜਿੰਨੇ ਵੀ ਜੀਵ ਆਪਾਂ ਧਰਤੀ ਤੇ ਪੈਦਾ ਹੋਏ ਹੈ, ਕਿਤੇ ਨੀ ਸਤਿਗੁਰੂ ਨੇ ਲਿਖਿਆ ਕਿ ਭਾਈ ਤੂੰ ਆਪਣੇ ਧੰਦੇ ਧੰਧਾਰ ਨਾ ਕਰੀ, ਪਰ ਸਤਿਗੁਰੂ ਕਹਿੰਦੇ ਉਹਨਾਂ ਵਿੱਚ ਰਹਿ ਕੇ, ਪਰਿਵਾਰ ਵਿੱਚ ਰਹਿ ਕੇ, ਬੱਚਿਆਂ ਵਿੱਚ ਰਹਿ ਕੇ ਵਾਹਿਗੁਰੂ ਅਕਾਲ ਪੁਰਖ ਦਾ ਨਾਮ ਜਿਹੜਾ ਇਹਨੂੰ ਜ਼ਰੂਰ ਸਿਮਰੀ। ਜਾਣ ਵਾਲਾ ਸਰੀਰ ਸਾਡੇ ਵਿੱਚੋਂ ਚਲਿਆ ਜਾਂਦਾ, ਆਸਾ ਦੀ ਵਾਰ ਦੀ ਗੁਰਬਾਣੀ ਹੈ ਕਿ ਜੋ ਆਇਆ ਸੋ ਚੱਲ ਸੀ, ਸਭ ਕੋ ਆਈ ਵਾਰੀ ਆ, ਜਿਸ ਕੇ ਜੀ ਪ੍ਰਾਣ ਹੈ ਕਿਉਂ ਸਾਹਿਬ ਮਨੋ ਵਸਾਰੀਏ। ਜਾਣ ਵਾਲਾ ਸਰੀਰ ਤੇ ਸਾਡੇ ਵਿੱਚੋਂ ਚਲੇ ਗਿਆ, ਪਰ ਸ੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਕਿ ਜਿਹੜਾ ਆਪਣੇ ਸੰਸਾਰ ਦੀ ਯਾਤਰਾ ਭੋਗ ਕੇ ਚਲੇ ਗਿਆ, ਉਹ ਤੇ ਚਲੋ ਆਪਣੀ ਸੰਸਾਰ ਦੀ ਯਾਤਰਾ ਪੂਰੀ ਕਰਕੇ ਚਲੇ ਗਿਆ, ਪਰ ਜਿਨ੍ਹਾਂ ਕੋਲ ਸਾਹ ਪ੍ਰਾਣ ਵਾਹਿਗੁਰੂ ਦੀ ਦਿੱਤੀ ਹੋਈ ਸਵਾਸਾਂ ਦੀ ਦਾਤ ਅਜੇ ਕੋਲ ਹੈ, ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਹੋ, ਕਦੇ ਵੀ ਪਰਮਾਤਮਾ ਨੂੰ ਆਪਣੇ ਹਿਰਦੇ ਚੋਂ ਵਸਾਰਨ। ਭਗਤ ਕਬੀਰ ਜੀਆਂ ਦਾ ਬੜਾ ਸੋਹਣਾ ਬਚਨ ਹੈ ਕਿ ਮਨੁੱਖ ਕੋਲੋਂ ਪਛਤਾਵਾ ਕਦੋਂ ਰਹਿੰਦਾ ਹੈ,
ਇੰਨੀ ਸੋਚਣਾ ਕਿ ਮੇਰੇ ਕੋਲ ਧਨ ਘੱਟ ਆ ਤੇ ਪਛਤਾਵਾ ਏ, ਜਾਂ ਮੇਰੇ ਕੋਲ ਵੱਡੀ ਗੱਡੀ ਹੈ ਨਹੀਂ ਤੇ ਪਛਤਾਵਾ ਏ, ਜਾਂ ਮੇਰੀ ਕੋਠੀ ਇੱਕ ਆ ਤੇ ਪਛਤਾਵਾ ਏ। ਸਤਿਗੁਰ ਦੀ ਬਾਣੀ ਕਹਿੰਦੀ ਪਛਤਾਵਾ ਉਦਣ ਰਹਿ ਹੋਣਾ ਆ ਕਿ ਕਬੀਰ ਲੂਟਣਾ ਹੈ ਤੋ ਲੂਟ ਲੈ, ਰਾਮ ਨਾਮ ਹੈ ਲੂਟ, ਫਿਰ ਪਾਛੋ ਪਛਤਾ ਹੋਗੇ ਪ੍ਰਾਣ ਜਾਹੇਂਗੇ ਛੂਟ। ਜਿੱਦਣ ਇਸ ਹਿਰਦੇ ਵਿੱਚੋਂ ਪ੍ਰਾਣ ਪੰਖੇਰੂ ਸਵਾਸਾਂ ਨੇ ਉਡਾਰੀ ਮਾਰਨੀ ਹੈ, ਉਸ ਦਿਨ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਕਿ ਮਨੁੱਖ ਕੋਲ ਕੇਵਲ ਇੱਕ ਪਛਤਾਵਾ ਹੀ ਰਹਿ ਜਾਂਦਾ ਹੈ ਕਿ ਮੈਂ ਮੁੱਖਾ ਸਰੀਰ ਲੈ ਕੇ ਧਰਤੀ ਤੇ ਆਇਆ ਸੀ, ਜੋ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਨੇ ਕਿਹਾ ਉਹ ਤੇ ਧੰਨ ਸਾਡੇ ਨਾਲ ਹੀ ਨਹੀਂ ਗਿਆ। ਬਹੁਤ ਸਰੀਰਾਂ ਦਾ ਇਹੀ ਸਵਾਲ ਹੁੰਦਾ ਹੈ ਕਿ ਖਾਲੀ ਬੰਦਾ ਦੁਨੀਆਂ ਵਿੱਚ ਆਇਆ ਤੇ ਖਾਲੀ ਨੇ ਜਾਣਾ ਹੈ। ਸਤਿਗੁਰ ਦੀ ਬਾਣੀ ਕਹਿੰਦੀ ਕਿ ਬੰਦਿਆ ਨਾ ਹੀ ਤੂੰ ਖਾਲੀ ਆਇਆ ਨਾ ਹੀ ਤੂੰ ਖਾਲੀ ਜਾ। ਕਬੀਰ ਜੀ ਦਾ ਫੈਸਲਾ ਕਿ ਕਬੀਰ ਜਬ ਹਮ ਆਏ ਜਗਤ ਮੇ ਜਗ ਹਾਸਾ ਹਮ ਰੋਏ, ਐਸੀ ਕਰਨੀ ਕਰ ਚੱਲੇ ਹਮ ਹੱਸੇ ਜਗ ਰੋਏ। ਜਦੋਂ ਵੀ ਸਰੀਰ ਧਰਤੀ ਤੇ ਮਨੁੱਖ ਜਨਮ ਲੈਂਦਾ ਹੈ ਬੱਚਾ ਰੋਂਦਾ ਹੈ, ਔਰ ਜਿਹੜੇ ਦੁਨੀਆਦਾਰੀ ਦੇ ਲੋਕ ਇਹ ਖੁਸ਼ ਹੁੰਦੇ ਹੈ, ਪਰ ਭਗਤ ਕਬੀਰ ਜੀ ਕਹਿੰਦੇ ਨੇ ਯਾਰ ਪਿਛਲੇ ਦੀ ਹਟਾ ਦੇ, ਕਬੀਰ ਜੀ ਕਹਿੰਦੇ ਨੇ ਕਿ ਦੁਨੀਆਂ ਵਿੱਚ ਰਹਿ ਕੇ ਕਾਰਜਾਂ ਦੇ ਕਰਕੇ ਜਾਓ ਕਿ ਜਦੋਂ ਦੁਨੀਆਂ ਵਿੱਚ ਤੂੰ ਜਾਵੇਂ ਤੇ ਤੂੰ ਖੁਸ਼ ਜਾਵੇਂ, ਤੇ ਜਦੋਂ ਤੇਰਾ ਪਤਾ ਲੱਗੇ ਨਾ ਲੋਕਾਂ ਦੀਆਂ ਅੱਖਾਂ ਨੀ ਲੋਕਾਂ ਦੀਆਂ ਅੰਦਰਾਂ ਰੋਣੀਆਂ ਚਾਹੀਦੀਆਂ। ਕਬੀਰਾ ਜਬ ਹਮ ਆਏ ਜਗਤ ਮੇਂ ਜਗ ਹਾਸਾ ਹਮ ਰੋਏ, ਐਸੀ ਕਰਨੀ ਕਰ ਚੱਲੇ ਹਮ ਹੱਸੇ ਜਗ ਰੋਏ। ਭਗਤ ਫਰੀਦ ਜੀਆਂ ਨੇ ਪੱਤਝੜ ਜਦੋਂ ਬਸੰਤ ਆਉਂਦੀ ਹੈ ਨਾ ਉਹਦੇ ਬਾਰੇ ਭਗਤ ਫਰੀਦ ਜੀ ਜ਼ਿਕਰ ਕਰਦੇ। ਫਰੀਦ ਜੀਆਂ ਨੇ ਬਚਨ ਕੀਤਾ ਹੈ ਕਿ ਜਦੋਂ ਪੱਤਝੜ ਆਉਂਦੀ ਹੈ ਦਰਖਤਾਂ ਦਾ, ਜਦੋਂ ਸ਼ਿੰਗਾਰ ਝੜਦਾ ਨਾ ਪੱਤੇ ਝੜਦੇ ਟਾਹਣੀਆਂ ਦੇ, ਭਗਤ ਜੀ ਕਹਿੰਦੇ ਦਰਖਤ ਰੋਂਦਾ ਹੈ, ਉਹ ਵਣ ਉਹ ਜੰਗਲ ਜਿਹੜਾ ਉਹਦੀਆਂ ਧਾਹਾਂ ਨਿਕਲਦੀਆਂ। ਫਰੀਦਾ ਰੁੱਤ ਫਿਰੀ ਵਣ ਕੰਬਿਆ, ਜਦੋਂ ਰੁੱਤ ਫਿਰਦੀ ਆ ਪੱਤਝੜ ਬਸੰਤ ਆਉਂਦੀ ਆ ਪੁਰਾਣੇ ਪੱਤੇ ਝੜਦੇ ਆ, ਜਦੋਂ ਦਰਖਤਾਂ ਦੇ ਟਾਹਣੀਆਂ ਦੇ ਨਾਲੋਂ ਉਹ ਸ਼ਿੰਗਾਰ ਲੱਥਦਾ ਏ ਪੱਤੇ ਝੜਦੇ ਥੱਲੇ ਡਿੱਗਦੇ ਆ, ਫਰੀਦ ਜੀ ਕਹਿੰਦੇ ਵਣ ਰੋਂਦਾ ਆ ਜੰਗਲ ਰੋਂਦਾ ਹੈ। ਅਗਰ ਜੇ ਜੰਗਲ ਰੋਂਦਾ ਏ ਤੇ ਫਰੀਦ ਜੀ ਕਹਿੰਦੇ ਚਾਰੇ ਕੁੰਡਾਂ ਢੂੰਡੀਆਂ ਰਹਿਣ ਕਥਾਉ ਨਾਹੀਂ। ਫਰੀਦ ਜੀ ਕਹਿੰਦੇ ਕਿ ਜਿਵੇਂ ਜੰਗਲ ਦੇ ਦਰਖਤਾਂ ਦੇ ਪੱਤੇ ਝੜ ਜਾਂਦੇ ਵਣ ਰੋਂਦਾ ਆ, ਭਗਤ ਜੀ ਕਹਿੰਦੇ ਮੈਂ ਚਾਰੇ ਕੁੰਡਾਂ ਨਾ ਢੂੰਡ ਕੇ ਦੇਖ ਲਈਆਂ ਨੇ। ਬੰਦਿਆ ਚੇਤਾ ਰੱਖੀ ਜੇ ਦਰਖਤਾਂ ਦਾ ਸ਼ਿੰਗਾਰ ਲੱਥ ਗਿਆ ਤੇ ਰਹਿਣਾ ਦੁਨੀਆਂ ਵਿੱਚ ਤੂੰ ਵੀ ਸਦਾ ਹੈ ਨੀ। ਫਰੀਦਾ ਰੁੱਤ ਫਰੀ ਵਣ ਕੰਬਿਆ, ਪੱਤੇ ਝੜ ਝੜ ਪਾਹੇ ਚਾਰੇ ਕੁੰਡਾਂ ਢੂੰਡੀਆਂ ਰਹਿਣ ਕਥਾਉ ਨਾਹੇ। ਭਗਤ ਜੀ ਸਤਿਗੁਰ ਦੀ ਪਾਵਨ ਪਵਿੱਤਰ ਗੁਰਬਾਣੀ ਨੇ ਸਮਝਾਉਣਾ ਕੀਤਾ ਹੈ। ਰੁੱਤ ਫਿਰੀ ਤੇ ਜੰਗਲ ਪਿਆਰੋ ਵੇ
ਪੱਤੇ ਝੜ ਝੜ ਪੈਂਦੇ ਨੇ ਰੁੱਖ ਫਿਰੀ ਤੇ ਜੰਗਲ ਪਿਆ ਰੋਵੇ ਪੱਤੇ ਝੜ ਝੜ ਪੈਂਦੇ ਸਹੀ ਦੇ 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 ਸਹੀ ਦੇ
ਭੋਜਨ ਕਰਦੇ ਆ ਕਿ ਚਾਰੇ ਕੁੰਡਾਂ ਕਹਿੰਦੇ ਢੂੰਡ ਕੇ ਦੇਖ ਲਈਆਂ। ਦੁਨੀਆ ਇਹ ਫਾਨੀ ਸੰਸਾਰ ਵਿੱਚ ਸਰੀਰ ਕਰਕੇ ਸਦਾ ਕਹਿੰਦੇ ਕੋਈ ਵੀ ਨਹੀਂ ਰਿਹਾ ਹੈ। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜਿਨ੍ਹਾਂ ਦੇ ਨੌਵੇਂ ਮਹੱਲੇ ਦੇ ਸਲੋਕ ਸੱਚ ਜਾਣਿਓ, ਜਦੋਂ ਕਿਤੇ ਪੜ ਹੁੰਦੇ ਆ ਨਾ ਭੋਗ ਸਮੇਂ ਦੇ ਸਲੋਕ, ਵਾਰਾਂ ਤੇ ਵਧੀਕ ਦੀ ਬਾਣੀ ਜਿਹੜੀ ਹੈ, ਮਨ ਕਰਕੇ ਕੋਈ ਗ੍ਰੰਥੀ ਸਿੰਘ ਪੜ੍ਹਦਾ ਹੋਵੇ, ਮਨ ਕਰਕੇ ਆਪਾਂ ਸੁਣਦੇ ਹੋਵਾਂਗੇ ਨਾ, ਤੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਅੰਤ ਸਮੇਂ ਦੇ ਬਚਨ ਨੇ ਸੱਚ ਜਾਣੇ, ਜਿੱਦਣ ਮਨ ਕਰਕੇ ਸੁਣਾਂਗੇ ਬੰਦੇ ਦੀਆਂ ਅੱਖਾਂ ਚੋਂ ਨਾ ਧੱਕੇ ਨਾਲ ਹੀ ਪਾਣੀ ਆ ਜਾਏਗਾ। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਨੇ ਸਮਝਾਉਣਾ ਕੀਤਾ ਹੈ ਕਿ ਜੈਸੇ ਜਲ ਤੇ ਬੁੱਧ ਬੋਧਾ ਉਪਜੈ ਬਿਣਸੈ ਨੀਤ, ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਣ ਮੀਤ। ਜਦੋਂ ਕਿਤੇ ਮੀਂਹ ਪੈਂਦਾ ਨਾ, ਜਿੱਥੇ ਥੋੜਾ ਜਿਹਾ ਪਾਣੀ ਖੜਾ ਹੁੰਦਾ ਨਾ, ਪਾਣੀ ਵਿੱਚੋਂ ਬੁਲਬੁਲੇ ਪੈਦਾ ਹੁੰਦੇ। ਅੱਛਾ, ਉਹਨਾਂ ਬੁਲਬੁਲਿਆਂ ਦੀ ਮਨਿਆਦ ਕਿੰਨੀ ਗਈ ਹੈਗੀ? ਕਿਤੇ ਘੰਟਿਆਂ ਦੀ ਜਾਂ ਮਹੀਨਿਆਂ ਦੀ ਜਾਂ ਕੁਛ ਦਿਨਾਂ ਦੀ ਨਹੀਂ। ਉਹਨਾਂ ਬੁਲਬੁਲਿਆਂ ਦੀ ਜਿਹੜੀ ਮਨਿਆਦ ਆ, ਸਿਰਫ ਪਲ ਘੜੀ ਦੀ ਹੈ। ਹਵਾ ਨਿਕਲੀ ਹੈ, ਖਤਮ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਸੱਚ ਕਰਕੇ ਜਾਣੀ ਤੇਰਾ ਸਰੀਰ, ਆ ਸੰਸਾਰ ਦੀ ਰਚਨਾ ਜਿਹੜੀ ਆ ਨਾ, ਹੈਗੀ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਇਹ ਵੀ ਇੱਕ ਪਾਣੀ ਦੇ ਬੁਲਬਲੇ ਵਾਂਗੀ, ਜੈਸੇ ਜਲ ਤੇ ਬੁੱਧ ਬੁੱਧਾ ਉਪਜੈ ਬਿਣਸੈ ਨੀਤ, ਜਗ ਰਚਨਾ ਤੈਸੇ ਰਚੀ ਕਹੁ ਨਾਨਕ ਸੁਣ ਮੀਤ। ਧੰਨ ਬਾਬਾ ਬੁੱਢਾ ਸਾਹਿਬ ਜੀ, ਗੁਰੂ ਘਰ ਦੇ ਹੈੱਡ ਗ੍ਰੰਥੀ ਹੈ। 98 ਸਾਲ ਦੀ ਉਮਰ ਤੇ ਸ੍ਰੀ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੇ ਗੁਰੂ ਘਰ ਦੇ ਗ੍ਰੰਥੀ ਬਣਾ ਦਿੱਤਾ ਬਾਬਾ ਬੁੱਢਾ ਜੀ ਨੂੰ। ਜਿਹੜੀ ਉਮਰ ਵਿੱਚ ਮਨੁੱਖ ਸੇਜ ਲੱਭਦਾ, ਆਰਾਮ ਲੱਭਦਾ, ਉਸ ਉਮਰ ਵਿੱਚ ਬਾਬਾ ਬੁੱਢਾ ਜੀ ਦੀ ਝੋਲੀ ਵਿੱਚ ਸ੍ਰੀ ਗੁਰੂ ਅਰਜਨ ਦੇ ਪਾਤਸ਼ਾਹ ਨੇ ਗੁਰੂ ਨਾਨਕ ਦੇ ਘਰ ਦੀਆਂ ਹੋਰ ਜ਼ਿੰਮੇਵਾਰੀਆਂ ਜਿਹੜੀਆਂ ਸਵਾਵਾਂ ਸੀ ਨਾ, ਝੋਲੀ ਵਿੱਚ ਪਾਈਆਂ। ਤੇ ਬਾਬਾ ਬੁੱਢਾ ਜੀ ਨੇ ਬਹੁਤ ਲੰਮਾ ਸਮਾਂ ਗੁਰੂ ਨਾਨਕ ਦੇ ਘਰ ਵਿੱਚ ਨਾ ਘਾਲ ਕਮਾਈ ਹੈ, ਸੇਵਾ ਕੀਤੀ। 12 ਸਾਲ ਦੀ ਉਮਰ ਸੀ ਜਦੋਂ ਰਾਵੀ ਦੇ ਕੰਢੇ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਨਾਲ ਮੇਲ ਹੋਇਆ। 125 ਸਾਲ ਤੇ 40 ਦਿਨ ਦੀ ਉਮਰ ਹੋਈ ਆ ਬਾਬਾ ਬੁੱਢਾ ਜੀ ਦੀ। ਸੱਚ ਜਾਣੋ 125 ਸਾਲਾਂ ਵਿੱਚੋਂ 113 ਸਾਲ ਬਾਬਾ ਬੁੱਢਾ ਜੀ ਨੇ ਗੁਰੂ ਨਾਨਕ ਦੇ ਘਰ ਵਿੱਚ ਝਾੜੂ ਦੀ ਸੇਵਾ ਕੀਤੀ ਹੈ। ਇੱਥੇ ਬੰਦਾ ਕਿਤੇ ਗੁਰਦੁਆਰੇ ਦਾ ਪ੍ਰਧਾਨ ਬਣ ਜਾਵੇ ਨਾ, ਤੇ ਸੱਚ ਜਾਣਿਓ ਅੱਧਾ ਪਿੰਡ ਤੇ ਬੰਦਾ ਨਾ ਉਦਾਂ ਹੀ ਅੱਗੇ ਲਾ ਕੇ ਰੱਖਦਾ ਕਿ ਮੈਂ ਨਾ ਪ੍ਰਧਾਨ ਬਣ ਗਿਆ। ਪਰ ਜਦੋਂ ਵੀ ਕਿਤੇ ਸੇਵਾ ਕਰਨੀ ਹੋਵੇ ਨਾ, ਬਾਬਾ ਬੁੱਢਾ ਜੀ ਦੇ ਵਾਂਗ ਬਿਰਤੀ ਹੋਣੀ ਚਾਹੀਦੀ। ਆਪਾਂ ਸੁਖਮਣੀ ਸਾਹਿਬ ਦੀ ਬਾਣੀ ਪੜ੍ਹਦੇ ਹਾਂ।
ਸੁਖਮਣੀ ਸਾਹਿਬ ਦੀ ਬਾਣੀ ਵਿੱਚ ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਪੁੰਜ, ਦੀਨ ਦੁਨੀਆਂ ਦੇ ਮਾਲਕ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਨੇ ਇੱਕ ਬਚਨ ਕੀਤਾ ਹੋਇਆ। ਬਚਨ ਪਤਾ ਕਿਹੜਾ ਹੈ? ਬਚਨ ਇਹ ਹੈ ਕਿ ਲੋਕ ਸੁਖੀਏ ਪਰ ਲੋਕ ਸੁਹੇਲੇ। ਇਹ ਨਹੀਂ ਹੈ ਕਿ ਹੁਣ ਸਾਡੇ ਵਿੱਚੋਂ ਕੋਈ ਸਰੀਰ ਚਲੇ ਗਿਆ ਤੇ ਕੱਲਾ ਗ੍ਰੰਥੀ ਦੀਆਂ ਅਰਦਾਸਾਂ ਨਾਲ ਸੱਚਖੰਡ ਮਿਲ ਜਾਣਾ। ਭਾਵੇਂ ਬੰਦੇ ਦੀ 50 ਸਾਲ ਦੀ ਉਮਰ ਹੈ, 50 ਸਾਲ ਬੰਦਾ ਗੁਰਦੁਆਰੇ ਨਾ ਆਵੇ, ਨਾ ਕਿਤੇ ਸਿਮਰਨ ਭਜਨ ਬੰਦਗੀ ਕੀਤਾ ਹੋਵੇ, ਤੇ ਕੀ ਕੱਲੀ ਗ੍ਰੰਥੀ ਦੀ ਅਰਦਾਸ ਨੇ ਸੱਚਖੰਡ ਮਿਲ ਜਾਣਾ? ਨਹੀਂ, ਗਿਆਨ ਖੰਡ, ਧਰਮ ਖੰਡ, ਸ਼ਰਮ ਖੰਡ, ਕਰਮ ਖੰਡ, ਜਿੱਦਣ ਇਹ ਚਾਰ ਚੀਜ਼ਾਂ ਗੁਰੂ ਨਾਨਕ ਜੀ ਕਹਿੰਦੇ ਬੰਦਿਆਂ ਤੇਰੇ ਕੋਲ ਹੋਣਗੀਆਂ, ਪੰਜਵਾਂ ਜਾ ਕੇ ਆਉਣਾ ਸੱਚ ਖੰਡ ਬਸੇ ਨਿਰੰਕਾਰ। ਤੇ ਗੁਰੂ ਅਰਜਨ ਦੇ ਪਾਤਸ਼ਾਹ ਨੇ ਬਚਨ ਕੀਤੇ ਹੈ ਕਿ ਮਰ ਕੇ ਵੀ ਮੁਕਤੀ ਉਹ ਸਰੀਰ ਨੂੰ ਮਿਲ ਸਕਦੀ ਜਿਹੜਾ ਜੀਂਦਾ ਮੁਕਤ ਹੋਇਆ ਹੋਏ। ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਧੰਨ ਬਾਬਾ ਬੁੱਢਾ ਸਾਹਿਬ ਜੀ ਜਿਨ੍ਹਾਂ ਨੇ ਜੀਂਦੇ ਜੀਂਦੇ ਨਾ ਆਪਣਾ ਲੋਕ ਸਵਾਰਿਆ, ਪੰਜਾਂ ਪਾਤਸ਼ਾਹੀਆਂ ਨੂੰ ਆਪ ਹੱਥੀ ਗੁਰਤਾ ਗੁਰਗੱਦੀ ਦਾ ਤਿਲਕ ਲਾਇਆ, ਦਸਾਂ ਪਾਤਸ਼ਾਹੀਆਂ ਵਿੱਚੋਂ 8 ਪਾਤਸ਼ਾਹੀਆਂ ਦੇ ਦਰਸ਼ਨ ਕੀਤੇ ਨੇ ਬਾਬਾ ਬੁੱਢਾ ਸਾਹਿਬ ਜੀ ਨੇ। ਜਿਹੜੇ ਦਿਨ ਕਲਗੀਧਰ ਪਾਤਸ਼ਾਹ ਪੁੱਤਰਾਂ ਦੇ ਦਾਨੀ ਗੁਰਤਾ ਗੁਰਗੱਦੀ ਤੇ ਵਿਰਾਜਮਾਨ ਹੋਏ ਨੇ ਤੇ ਬਾਬਾ ਬੁੱਢਾ ਜੀ ਦੇ ਪੜਪੋਤੇ ਲੱਗਦੇ ਸੀ ਭਾਈ ਰਾਮ ਕੌਰ, ਜਿਨ੍ਹਾਂ ਨੇ 10ਵੇਂ ਪਾਤਸ਼ਾਹ ਨੂੰ ਗੁਰਤਾ ਗੁਰਗੱਦੀ ਤੇ ਬਹਿਣ ਲੱਗਿਆਂ ਉਹ ਰਸਮ ਨਿਭਾਈ ਹੈ। ਬਹੁਤ ਵੱਡੀਆਂ ਸੇਵਾਵਾਂ ਜਿਹੜੀਆਂ ਸੀ ਗੁਰੂ ਨਾਨਕ ਦੇ ਘਰ ਵਿੱਚੋਂ ਬਾਬਾ ਬੁੱਢਾ ਜੀ ਦੀ ਝੋਲੀ ਵਿੱਚ ਪਈਆਂ ਨੇ। ਕਿੰਨੇ ਕਰਮ ਚੰਗੇ ਹੋਣਗੇ, ਗੁਰੂ ਨਾਨਕ ਨਾਲ ਮੇਲ ਹੋਇਆ ਤਾਂ ਵੀ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਗੋਦ, ਬਚਪਨ ਵਿੱਚ ਮਿਲੇ ਤਾਂ ਵੀ ਗੁਰੂ ਨਾਨਕ ਦੀ ਗੋਦ, ਜਿੱਦਣ ਬਾਬਾ ਬੁੱਢਾ ਜੀ ਦਾ ਅੰਤ ਸਮਾਂ ਆਇਆ ਤੇ ਤਾਂ ਵੀ 6ਵੇਂ ਗੁਰੂ ਨਾਨਕ ਦੀ ਗੋਦ। ਬਾਣੀ ਦੀ ਪੰਗਤੀ ਆ ਵੀ ਕਿਆ ਜਾਣਾ ਕਿਵ ਮਰੇ, ਰੱਬ ਨੇ ਇੱਕੋ ਹੀ ਸਾਡੇ ਕੋਲ ਪੜਦਾ ਰੱਖਿਆ ਵੀ ਤੇਰਾ ਅੰਤ ਸਮਾਂ ਕਿੱਦਾਂ ਆਉਣਾ। ਪਤਾ ਨਹੀਂ ਸੜਕ ਤੇ ਐਕਸੀਡੈਂਟ ਹੋਣਾ ਆ, ਅਟੈਕ ਹੋਣਾ ਆ, ਕਿੱਦਾਂ ਮੌਤ ਆਉਣੀ ਹੈ। ਕਿਆ ਜਾਣਾ ਕਿਵ ਮਰੇਂਗੇ, ਕੈਸਾ ਮਰਨਾ ਹੋਏ, ਪਤਾ ਨਹੀਂ ਅੰਤ ਸਮਾਂ ਹੋਣਾ ਵੀ ਕਿੱਦਾਂ ਦਾ ਹੈ। ਪਰ ਬਾਣੀ ਕਹਿੰਦੀ ਹੈ ਜੇ ਕਿਤੇ ਹਿਰਦੇ ਵਿੱਚ ਰੱਬ ਬੈਠਾ ਹੋਏਗਾ ਨਾ, ਕਿਤੇ ਕਿਣਕਾ ਨਾਮ ਦਾ ਹੋਏਗਾ, ਤੇ ਬੰਦਿਆ ਸੱਚ ਜਾਣੀ ਤੇਰਾ ਅੰਤ ਸਮਾਂ ਨਾ ਮਰਨਾ ਵੀ ਤੇਰਾ ਬੜਾ ਸੌਖਾ ਹੋਏ। ਕਿਆ ਜਾਣਾ ਕਿਵ ਮਰੇਂਗੇ, ਕੈਸਾ ਮਰਨਾ ਹੋਏ, ਜੇਕਰ ਸਾਹਿਬ ਮਨੋ ਨਾ ਵਿਸਰੇ ਤਾਂ ਸਹਿਲਾ ਮਰਨਾ ਹੋਏ। ਇਸੇ ਕਰਕੇ ਸ੍ਰੀ ਗੁਰੂ ਤੇਗ ਬਹਾਦਰ ਮਹਾਰ ਨੇ ਬਚਨ ਕੀਤੇ ਆ, ਬੜੇ ਬੜੇ ਅਵਤਾਰਾਂ ਦਾ, ਜਿਹੜੇ ਯੁੱਗ ਦੇ ਅਵਤਾਰ 14 ਕਲਾ ਸੰਪੂਰਨ ਮਰਜਾਦਾ ਪੁਰਸ਼ੋਤਮ ਰਾਮ ਜੀ ਵਰਗੇ, ਉਹਨਾਂ ਦਾ ਵੀ ਪ੍ਰਮਾਣ ਦਿੱਤਾ ਹੈ। ਇੱਥੋਂ ਤੱਕ ਕਿ ਜਿਹਦਾ ਮਹਿਲ ਸੋਨੇ ਦਾ, ਚੰਦਰਮਾ ਸੂਰਜ ਆਣ ਕੇ ਬਸੰਤੋ ਦੇ ਕੱਪੜੇ ਧੋਂਦੇ ਰਸੋਈ ਪੁਣਾ ਕਰਦੇ ਸੀ ਨਾ ਰਾਵਣ, ਉਹਦਾ ਵੀ ਪ੍ਰਮਾਣ ਦਿੱਤਾ ਹੈ।
ਮਹਾਰਾਜ ਕਹਿੰਦੇ ਕਿਸੇ ਦੇ ਮਨ ਵਿੱਚ ਸ਼ੰਕਾ ਨਾ ਹੋਵੇ ਕਿ ਹੋ ਸਕਦਾ ਏਦਾਂ ਦੇ ਯੋਧੇ ਸੂਰਮੇ ਦੁਨੀਆਂ ਵਿੱਚ ਨਹੀਂ ਗਏ ਹੋਣਗੇ। ਸਤਿਗੁਰ ਕਹਿੰਦੇ ਰਾਮ ਗਏ ਰਾਵਣ ਗਏ ਜਾਂ ਕੋ ਬਹੁ ਪਰਿਵਾਰ, ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ। ਸੱਚ ਜਾਣੀ ਇੱਥੇ 14 ਕਲਾਂ ਸੰਪੂਰਨ ਵੀ ਚਲੇ ਗਏ, ਇੱਥੇ ਉਹ ਚਲੇ ਗਿਆ ਜਿਹਦਾ ਮਹਿਲ ਸੋਨੇ ਦਾ ਤੇ ਪਰਿਵਾਰ ਬਹੁਤ ਵੱਡਾ ਸੀ। ਸੱਚ ਜਾਣੀ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਬੰਦਿਆ ਜੇ ਤੂੰ ਆਇਆ ਤੇ ਚਲੇ ਤੂੰ ਵੀ ਜਾਣਾ, ਕਿਉਂਕਿ ਸੰਸਾਰ ਇੱਕ ਸੁਪਨੇ ਦੀ ਨਿਆਈ ਹੈ। ਸੁਪਨਾ ਪਤਾ ਕਿੰਨਾ ਕੁ ਚਿਰ ਸੱਚਾ ਹੈ, ਜਦੋਂ ਕਿਤੇ ਰਾਤ ਆਰਾਮ ਕਰਨ ਨੂੰ ਬੰਦਾ ਬਿਸਤਰੇ ਤੇ ਪੈਂਦਾ ਨਾ, ਕਈ ਕਹਿਣਗੇ ਰਾਤ ਮੈਨੂੰ ਸੁਪਨਾ ਆਇਆ। ਸੁਪਨਾ ਉਹਨਾਂ ਕੁ ਚਿਰ ਸੱਚਾ ਜਿੰਨਾ ਕੁ ਚਿਰ ਅੱਖਾਂ ਬੰਦ ਨੇ, ਤੇ ਸੁਪਨੇ ਵੀ ਪੂਰੇ ਨਾ ਉਹਨਾਂ ਦੇ ਹੁੰਦੇ ਜਿਨ੍ਹਾਂ ਦੇ ਕਿਤੇ ਅਤ ਸੁੰਦਰ ਭਾਗ ਤੇ ਬੰਦਗੀ ਹੋਵੇ ਨਾ ਉਹਨਾਂ ਦੇ ਆਏ ਹੋਏ। ਭਾਈ ਗੁਰਦਾਸ ਜੀ ਕਹਿੰਦੇ ਸੁਪਨੇ ਵੀ ਸੱਚੇ ਹੋ ਜਾਂਦੇ। ਸੁਪਨਾ ਉਹਨਾਂ ਕੁ ਚਿਰ ਸੱਚਾ ਕਿ ਜਿੰਨਾ ਚਿਰ ਅੱਖਾਂ ਬੰਦ ਨੇ ਸੱਚਾ ਆ, ਅੱਖਾਂ ਖੁੱਲੀਆਂ ਇੱਕ ਝੂਠ ਹੈਗਾ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਸੰਸਾਰ ਵੀ ਇੱਕ ਸੁਪਨਾ ਹੀ ਹੈ, ਇਹ ਪਤਾ ਤੇਰੇ ਲਈ ਕਿੱਦਣ ਝੂਠਾ ਹੋਣਾ, ਜਿੱਦਣ ਬੰਦੇ ਤੇਰੀਆਂ ਅੱਖਾਂ ਬੰਦ ਹੋਣਗੀਆਂ। ਉਦਣ ਗੁਰੂ ਅਰਜਨ ਦੇ ਪਾਤਸ਼ਾਹ ਕਹਿੰਦੇ ਫਿਰ ਪਤਾ ਕੀ ਹੋਏਗਾ, ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰੇ ਸੰਗ ਸਹਾਈ। ਧੰਨ ਬਾਬਾ ਬੁੱਢਾ ਸਾਹਿਬ ਜੀ, ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਗੁਰਤਾ ਗੁਰਗੱਦੀ ਤੇ ਬਿਰਾਜਮਾਨ, ਤੇ ਰੋਜ਼ ਬਾਬਾ ਬੁੱਢਾ ਜੀ ਨੇ ਨਾ ਬੀੜ ਵਿੱਚੋਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਆਉਣਾ ਹਰ ਰੋਜ਼। ਸਰੀਰ ਬੁੱਢਾ ਹੈ, ਆਤਮਾ ਬੜੀ ਬਲਵਾਨ, ਤੇ ਬਾਣੀ ਵੀ ਹਾਮੀ ਭਰਦੀ ਆ ਕਿ ਗੁਰਮੁਖ ਬੁੱਢੇ ਕਦੇ ਨਾ ਹੈ, ਜਿਨ੍ਹਾਂ ਦਾ ਗੁਰੂ ਨਾਲ ਪਿਆਰ ਆ ਨਾ ਮੋਹ ਆ ਉਹ ਬੁੱਢੇ ਹੋ ਕੇ ਵੀ ਬੁੱਢੇ ਨਹੀਂ ਹੁੰਦੇ। ਜਿਨ੍ਹਾਂ ਦਾ ਗੁਰੂ ਨਾਲ ਮੋਹ ਨਾ ਹੋਵੇ, ਵੀਹ ਸਾਲਾਂ ਵਾਲੇ ਨਿਆਣੇ ਲੱਤਾਂ ਘੜੀਸ ਘੜੀਸ ਕੇ ਤੁਰਦੇ, ਆਤਮਾ ਬੜੀ ਬਲਵਾਨ। ਜੇ ਬਾਬਾ ਬੁੱਢਾ ਜੀਆਂ ਤੇ ਬਖਸ਼ਿਸ਼ ਹੋਈ ਆ ਗੁਰੂ ਨਾਨਕ ਦੀ, ਜਵਾਨਾਂ ਵਾਲਾ ਬਲ ਭਰ ਦਿੱਤਾ, ਅੱਠਵੇਂ ਪਾਤਸ਼ਾਹ ਤੇ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਤੇ ਰਹਿਮਤ ਹੁੰਦੀ ਹੈ ਤੇ ਸਿਆਣਿਆਂ ਵਾਲੀ ਬੁੱਧੀ ਵੀ ਨਾਲ ਹੀ ਆ ਜਾਂਦੀ ਹੈ। ਆਤਮਾ ਬਲਵਾਨ ਹੋਣ ਕਰਕੇ ਬਾਬਾ ਬੁੱਢਾ ਜੀ ਨੇ, ਬਜ਼ੁਰਗੀ ਹੈ ਪਰ ਨੇਮ ਬਣਿਆ ਹੋਇਆ ਕਿ ਹਰ ਰੋਜ਼ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਜਾ ਕੇ ਦਰਸ਼ਨ ਕਰਨੇ ਦਰਬਾਰ ਸਾਹਿਬ ਦੀ ਧਰਤੀ ਤੇ। ਆਪਾਂ ਤਾਂ ਦੇਖੋ ਨਾ ਬਾਬਾ ਬੁੱਢਾ ਜੀ ਨੇ ਬਸ ਇਹੀ ਦੇਖਿਆ ਕਿ ਉਹਨਾਂ ਨੇ ਗਾਵਾਂ ਮੱਝਾਂ ਚਾਰੀਆਂ ਨੇ ਤੇ ਸਿਰਫ ਉਹ ਬਾਬਾ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਜਾਂਦੇ ਰਹੇ। ਜਿੱਥੇ ਬਾਬਾ ਬੁੱਢਾ ਜੀ ਦੇ ਕੋਲ ਅੱਖਰਾਂ ਦੀ ਪਹਿਚਾਣ ਇਹ ਵਿਦਿਆ ਸੀ ਨਾ, ਉੱਥੇ ਇਤਿਹਾਸਕਾਰ ਕਹਿੰਦੇ ਬਾਬਾ ਬੁੱਢਾ ਜੀ ਸ਼ਸਤਰ ਦੇ ਵੀ ਧਨੀ ਸਨ ਬਹੁਤ। ਗੁਰੂ ਘਰ ਦੇ ਗ੍ਰੰਥੀ ਹੋਣ ਦਾ ਨਾਤਾ, ਇੱਥੋਂ ਤੱਕ ਬਾਬਾ ਬੁੱਢਾ ਜੀ 3 ਫੁੱਟੀ ਸ੍ਰੀ ਸਾਹਿਬ ਆਪਣੇ ਸਰੀਰ ਤੇ ਸਜਾ ਕੇ ਰੱਖਦੇ ਕਰਦੇ ਸੀ। ਸ਼ਸਤਰਾਂ ਦੇ ਨਾਲ ਪਿਆਰ, 6ਵੇਂ ਪਾਤਸ਼ਾਹ ਗੁਰਤਾ ਗੁਰਗੱਦੀ ਤੇ ਬਿਰਾਜਮਾਨ ਹੋਏ ਉਹੀ ਬਾਬਾ ਬੁੱਢਾ ਜੀ 2 ਕਿਰਪਾਨਾਂ ਲੈ ਕੇ ਗਏ ਸਨ। ਬਾਬਾ ਬੁੱਢਾ ਜੀ ਇਕੱਲਾ ਘਾਹ ਨਹੀਂ ਸੀ ਖੋਤਦੇ, ਇੱਥੋਂ ਤੱਕ ਸ੍ਰੀ ਗੁਰੂ ਅਰਜਨ ਦੇ ਪਾਤਸ਼ਾਹ ਨੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਸਮਝਾਉਣਾ ਕੀਤਾ ਕਿ ਸ਼ਸਤਰਾਂ ਦੇ ਧਨੀ ਵੀ ਹੋਏ ਨੇ ਬਾਬਾ ਬੁੱਢਾ ਜੀ।
ਜਿੱਥੇ ਛੇਵੇਂ ਪਾਤਸ਼ਾਹ ਨੂੰ ਅੱਖਰਾਂ ਦੀ ਪਹਿਚਾਣ ਕਰਾਉਣ ਵਾਲੇ ਬਾਬਾ ਬੁੱਢਾ ਜੀ, ਉੱਥੇ ਛੇਵੇਂ ਪਾਤਸ਼ਾਹ ਨੂੰ ਬਾਬਾ ਬੁੱਢਾ ਜੀ ਨੇ ਸ਼ਸਤਰ ਸਿਖਾਉਣ ਦੀ ਵੀ ਸਿੱਖਿਆ ਦਿੱਤੀ ਹੋਈ ਹੈ। ਭਾਵੇਂ ਸ੍ਰੀ ਗੁਰੂ ਅਰਜਨ ਦੇ ਪਾਤਸ਼ਾਹ ਸਮਰੱਥ ਗੁਰੂ ਸਨ, ਫੇਰ ਵੀ ਬਾਬਾ ਬੁੱਢਾ ਜੀ ਦਾ ਮਾਣ ਵਧਾਇਆ, ਬਾਬਾ ਬੁੱਢਾ ਜੀ ਨੂੰ ਬਾਬਾ ਬੁੱਢਾ ਜੀ ਵਾਲਾ ਸਤਿਕਾਰ ਦਿੱਤਾ। ਇਹ ਆਖਿਆ ਕਿ ਬਾਬਾ ਬੁੱਢਾ ਜੀ, ਤੁਸੀਂ ਨਾ ਮੇਰੇ ਪੁੱਤਰ ਨੂੰ ਵਿਦਿਆ ਪੜਾਓ। ਤੇ ਬਾਬਾ ਬੁੱਢਾ ਜੀ ਨੇ ਆਖਿਆ, ਕਹਿੰਦੇ ਸਤਿਗੁਰੂ, ਆਪ ਤੇ ਸਮਰੱਥ ਹੋ ਤੁਸੀਂ, ਸੱਚੇ ਪਾਤਸ਼ਾਹ ਮੈਂ ਤੇ ਕਲਯੁਗੀ ਜੀਵ ਆ, ਤੇ ਮੇਰੇ ਵਰਗਾ ਕੋਈ ਅਨਪੜ੍ਹ ਸਰੀਰ ਤੁਹਾਡੇ ਪੁੱਤਰ ਨੂੰ ਵਿਦਿਆ ਕੀ ਪੜਾ ਦੇਵੇਗਾ। ਅਗਰ ਬਾਣੀ ਕਹਿੰਦੀ ਹੈ ਕਿ ਜੇ ਪ੍ਰਾਨੀ ਗੋਬਿੰਦ ਧਿਆਵੈ, ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੈ। ਠੀਕ ਹੈ, ਦੁਨਿਆਵੀ ਵਿਦਿਆ ਜ਼ਿਆਦਾ ਹੋਏਗੀ, ਮਨੁੱਖ ਨੌਕਰੀ ਚਾਕਰੀ ਆਪਣਾ ਬਿਜ਼ਨਸ ਕਰ ਸਕਦਾ। ਜਿੱਥੇ ਦੁਨਿਆਵੀ ਵਿਦਿਆ ਵੀ ਨਾ ਕੰਮ ਆਵੇ, ਉੱਥੇ ਗੁਰੂ ਨਾਨਕ ਦੇ ਘਰ ਦੀ ਵਿਦਿਆ ਜਿਹੜੀ ਕੰਮ ਆਉਂਦੀ ਹੈ। ਜੇ ਪ੍ਰਾਨੀ ਗੋਬਿੰਦ ਧਿਆਵੈ, ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੈ। ਬਾਬਾ ਬੁੱਢਾ ਜੀ ਨੇ ਆਖਿਆ ਕਿ ਸਤਿਗੁਰੂ, ਮੇਰੇ ਵਰਗਾ ਅਨਪੜ੍ਹ ਤੁਹਾਡੇ ਪੁੱਤਰ ਨੂੰ ਕੀ ਪੜ੍ਹਾ ਸਕਦਾ। ਸ੍ਰੀ ਗੁਰੂ ਅਰਜਨ ਦੇ ਪਾਤਸ਼ਾਹ ਨੇ ਬਚਨ ਕੀਤੇ, ਕਹਿੰਦੇ ਬਾਬਾ ਜੀ, ਜਿਹੜੇ ਪ੍ਰੇਮ ਦੇ ਢਾਈ ਅੱਖਰ ਤੁਹਾਡੀ ਝੋਲੀ ਵਿੱਚ ਗੁਰੂ ਨਾਨਕ ਜੀ ਨੇ ਪਾਏ ਆ ਨਾ, ਉਹਨਾਂ ਢਾਈਆਂ ਅੱਖਰਾਂ ਵਿੱਚੋਂ ਮੇਰੇ ਪੁੱਤਰ ਨੂੰ ਅੱਖਰਾਂ ਦੀ ਪਹਿਚਾਣ ਕਰਵਾ ਦਿਓ। ਜੇ ਪ੍ਰਾਨੀ ਗੋਬਿੰਦ ਧਿਆਵੈ, ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੈ। ਅੱਛਾ, ਮਾੜਾ ਜਿਹਾ ਖਿਆਲ ਕਰਕੇ ਦੇਖੋ ਕਿ ਸ੍ਰੀ ਗੁਰੂ ਅਰਜਨ ਦੇ ਪਾਤਸ਼ਾਹ ਕਿੰਨਾ ਗੁਰੂ ਨਾਨਕ ਦੇ ਘਰ ਦੇ ਗ੍ਰੰਥੀਆਂ ਦਾ ਸਤਿਕਾਰ ਕਰਦੇ ਹੈ। ਮਾੜਾ ਜਿਹਾ ਆਪਾਂ ਆਪਣੇ ਵੱਲ ਝਾਤੀ ਮਾਰ ਲਈਏ ਕਿ ਆਪਾਂ ਕਿੰਨਾ ਕੁ ਕਰਦੇ। ਜਿੱਦਣ ਕਿਤੇ ਘਰ ਵਿੱਚ ਅਖੰਡ ਪਾਠ ਰਖਾਉਣਾ ਹੋਵੇ ਨਾ, ਸੱਚ ਜਾਣਿਓ ਬਹੁਤੇ ਲੋਕ ਤੇ ਏਦਾਂ ਦੇ ਜਿਹੜੇ 600 ਰੁਪਈਏ ਕਰਕੇ ਗ੍ਰੰਥੀਆਂ ਨਾਲ ਵੀ ਝਗੜਾ ਕਰ ਲੈਂਦੇ ਹੈ। ਕਹਿਣਗੇ ਗੁਰਬਾਣੀ ਵੇਚਦੇ ਹੋ ਤੁਸੀਂ, ਤੁਸੀਂ ਬਿਜ਼ਨਸ ਬਣਾਇਆ ਹੋਇਆ। ਅੱਛਾ, ਜਿਹੜੀ ਬਾਣੀ ਦਾ ਪਾਠ ਆਪਾਂ ਕਰਾਉਂਦੇ ਹਾਂ, ਜਿਹੜੀ ਬਾਣੀ ਨੂੰ ਆਪਾਂ ਨਮਸਕਾਰਾਂ ਕਰਦੇ, ਤੇ ਬਾਣੀ ਪਤਾ ਕੀ ਕਹਿੰਦੀ ਹੈ? ਸਤਿਗੁਰ ਦੀ ਬਾਣੀ ਦਾ ਫੈਸਲਾ ਕਿ ਤੈਂ ਸਾਹਿਬ ਕੀ ਬਾਤ ਜੇ ਆਖੈ, ਕਹੋ ਨਾਨਕ ਕਿਆ ਦੀਜੈ, ਸੀਸ ਵੱਡੇ ਕਰ ਬੈਸਣ ਦੀਜੈ, ਬਿਨ ਸਿਰ ਸੇਵ। ਜਿਹੜਾ ਤੈਨੂੰ ਗੁਰੂ ਦੀ ਗੱਲ ਸੁਣਾਵੇ ਨਾ, ਉਹਦੀ ਸੇਵਾ ਕਰ। ਸੇਵਾ ਪਤਾ ਕਿਵੇਂ ਕਰਨੀ? ਆਪਣੀ ਹੋਮੇ ਦਾ ਗਲ ਵੱਢ ਕੇ ਸੇਵਾ ਕਰੀ। ਇਹ ਨਾ ਹੋਵੇ ਦੇਖ ਕੇ ਕੋਈ 2000 ਰੁਪਈਆ ਤੇ ਇੱਕ ਕੰਬਲ ਕਵੇ ਕਿ ਮੈਂ ਬੜੀ ਸੇਵਾ ਕਰਤੀ ਹੈ। ਤੈਨੂੰ ਜਿਹੜਾ ਗੁਰੂ ਦੀ ਗੱਲ ਸੁਣਾਵੇ ਤੇ ਜਿਹੜਾ ਤੈਨੂੰ ਗੁਰੂ ਦੀ ਬਾਣੀ ਸੁਣਾਵੇ ਨਾ, ਸਤਿਗੁਰ ਕਹਿੰਦੇ ਤੇਰੇ ਅੰਦਰ ਭਾਵਨਾ ਇੰਨੀ ਹੋਵੇ ਕਿ ਮੈਂ ਆਪਣਾ ਗਲ ਵੱਢ ਕੇ ਮੂਹੜਾ ਬਣਾ ਦਿਆਂ। ਗੁਰੂ ਦੀ ਬਾਣੀ, ਗੁਰੂ ਦੀ ਗੱਲ ਸੁਣਾਉਣ ਵਾਲੇ ਨੂੰ ਆਖਾਂ ਕਿ ਗੁਰੂ ਦੇ ਪਿਆਰਿਆ, ਤੂੰ ਇਸ ਸਰੀਰ ਦੇ ਉੱਪਰ ਬਹਿ ਜਾ। ਕਿੰਨਾ ਕੁ ਆਪਾਂ ਸਤਿਕਾਰ ਕਰਦੇ। ਅਖੰਡ ਪਾਠ ਕਰਾਉਣ ਲੱਗੇ, ਗ੍ਰੰਥੀਆਂ ਨਾਲ ਲੜਾਈਆਂ, ਗ੍ਰੰਥੀ ਰੱਖਣ ਲੱਗਿਆ ਤਨਖਾਹ ਤੋਂ ਲੜਾਈਆਂ। ਦਸਵੇਂ ਪਾਤਸ਼ਾਹ ਪਤਾ ਕੀ ਕਹਿੰਦੇ? ਸਿੱਖਾ, ਜੇ ਆਪਣੀ ਕਮਾਈ ਸਫਲੀ ਕਰਨੀ ਹੈ ਨਾ, ਦਾਨ ਵੀ ਕਿਸੇ ਬਾਣੀ ਬਾਣੇ ਵਾਲੇ ਗਰੀਬ ਸਿੱਖ ਨੂੰ ਕਰੇ। ਦਾਨ ਦਿਓ ਇਨਹੀ ਕੋ ਭਲੋ, ਔਰਨ ਕੋ ਦਾਨ ਨਾ ਲਾਗਤ ਪਏ। ਜੇ ਤੂੰ ਚਾਹੁੰਦਾ ਕਿ ਤੇਰੀ ਦਰਗਾਹ ਵਿੱਚ ਮਾਇਆ ਲਿਖੀ ਜਾਵੇ, ਧਨ ਲਿਖਿਆ ਜਾਵੇ, ਕਿਤੇ ਨੀ ਮਾਰ ਨੇ ਕਿਹਾ ਕਿ ਮੁੰਡੇ ਦਾ ਵਿਆਹ ਹੋਏਗਾ ਤੇ ਨੱਚਣ ਵਾਲੀ ਉੱਤੋਂ ਦੀ ਸਿੱਟੀ ਜਾਂਦੀ, ਫੇਰ ਦਰਗਾਹ ਵਿੱਚ ਲਿਖ ਹੋਏਗਾ। ਦਾਨ ਦਿਓ ਇਨਹੀ ਕੋ ਭਲੋ, ਔਰਨ ਕੋ ਦਾਨ ਨਾ ਲਾਗਤ ਪਇਓ। ਤੇ ਗੁਰੂ ਦੀ ਬਾਣੀ ਕਹਿੰਦੀ ਆ ਕਿ ਪੁੰਨ ਦਾਨ ਜਿਹੜੇ ਆ ਨਾ, ਇਹ ਬੀਜੇ ਜਾਂਦੇ ਆ, ਸਭ ਧਰਮ ਰਾਏ ਕਹਿ ਜਾਏ ਲਿਖੇ, ਇਹ ਵੀ ਤੇਰੇ ਜਾਣੇ। ਸੱਚ ਜਾਣੀ ਜਿੱਦਣ ਇਹ ਲਿਖੇ ਗਏ ਨਾ,
ਤੇ ਗੁਰੂ ਨਾਨਕ ਜੀ ਕਹਿੰਦੇ ਬੰਦਿਆ ਫਿਰ ਵਾਚੇ ਜਾਣਗੇ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ। ਬਾਣੀ ਨੂੰ ਕੱਲਾ ਨਾ ਮੱਥਾ ਹੀ ਨਹੀਂ ਟੇਕਣਾ, ਬਾਣੀ ਨੂੰ ਵਿਚਾਰਨਾ ਵੀ, ਪੜ੍ਹਨਾ ਵੀ, ਸੁਣਨਾ ਵੀ। ਪਾਪ ਪੁੰਨ ਨੀ ਜਿੰਦੜੀ ਏ ਤੇਰੇ ਦਰਗਾਹ ਵਿੱਚ ਵਾਚੇ ਜਾਣ।